पांच सवा पांच या साढ़े पांच के बीच बीच मैं जो घूम जा रहा है तो मैं उत्थे दो मोटरसाइकिल वाले जिन्होंने अपने मूँह बन्ने हुए थे तो उन्होंने मैंने कहा एड्रेस दसी हो जी तो नाले पुलिस लाइन भी नाल ही हैगी है तो उन्होंने मैंने कहा जो कुछ हैगा फटाफट ला दे नहीं तो तेन कुछ कर दवा। अपनी सिस्टर के घर इतने कुछ दिन पहले आए थे, डेली सैर कर जाते कांजी रोड उत्ते। कल भी सुबह साढ़े पाँच बजे सैर कर गए थे कांजली दे जड़ा इतों जाइए एक पुली आँदी है गंदे नाले वाली पुली के उत्ते एक साइड से दो बंदे ने रुके दो बंदे ने इनको एड्रैस पूछा इन्हें एड्रैस दसन के नाल ही उन्होंने साइड से लैके इन्हों के एक मोबाइल से इन्हें खोलिया नाल दो मुंदियां पाइया सी एक चैनी सी एक कड़ा सी। ਪਾਲ ਸ਼ਰਮਾ ਆਇਆ ਅਤੇ ਮੈਂ ਨਾਲ ਉੱਥੋਂ ਆਇਆ ਜਗ੍ਹਾ ਦਾ ਨਾਮ ਅਸਕਰ ਹੈਗਾ ਆ ਤਾਂ ਉਹਦੇ ਬਾਅਦ ਮੈਂ ਸਵੇਰੇ ਸਵੇਰੇ ਹਰ ਰੋਜ਼ 5:30 ਵਜੇ ਘੁੰਮਣ ਜਾਂਦਾ ਹਾਂ ਤਾਂ ਮੇਰੇ ਉੱਥੇ ਫੈਮਲੀ ਰਹਿੰਦੀ ਆ ਸਿਸਟਰ ਰਹਿੰਦੀ ਆ ਤਾਂ ਹਰ ਰੋਜ਼ ਸਵੇਰੇ ਸਵੇਰੇ ਮੈਂ ਸੈਰ ਕਰਦਾ ਹੁੰਦਾ ਪੰਜ ਸਵਾ ਪੰਜ ਜਾਂ ਸਾਢੇ ਪੰਜ ਦੇ ਵਿੱਚ ਵਿੱਚ ਮੈਂ ਜਦੋਂ ਘੁੰਮਣ ਜਾ ਰਿਹਾ ਸੀਗਾ ਮੈਂ ਉੱਥੇ ਦੋ ਮੋਟਰਸਾਈਕਲ ਵਾਲੇ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀਗੇ ਤਾਂ ਉਹਨਾਂ ਨੇ ਮੈਨੂੰ ਕਿਹਾ ਐਡਰੈਸ ਦੱਸਿਓ ਜੀ ਤਾਂ ਨਾਲੇ ਪੁਲਿਸ ਲਾਈਨ ਵੀ ਨਾਲ ਹੀ ਹੈਗੀ ਆ ਤਾਂ ਉਹਨਾਂ ਨੇ ਮੈਨੂੰ ਕਿਹਾ ਜੋ ਕੁਛ ਹੈਗਾ ਫਟਾਫਟ ਲਾ ਦੇ ਨਹੀਂ ਤਾਂ ਤੈਨੂੰ ਕੁਛ ਕਰ ਦਵਾਂਗੇ ਤਾਂ ਮੇਰੇ ਸੀਗੀ 8 ਤੋਲੇ ਦੀ ਚੈਨੀ 5 ਤੋਲੇ ਦਾ ਕੜਾ ਦੋ ਮੁੰਦੀਆਂ ਤਾਂ ਅਰਾਡੋ ਪਈ ਸੀ ਤਾਂ ਉਹ ਸਭ ਕੁਛ ਲਾ ਲਿਆ ਤਾਂ 15000 ਰੁਪਏ ਨਗਦ ਸੀ। ਇਹ ਸੁਰੇਸ਼ਪਾਲ ਸ਼ਰਮਾ ਹੈ ਜੀ ਵੈਸੇ ਬੇਸਿਕਲੀ ਨੌਰਵੇ ਦੇ ਰਹਿਣ ਵਾਲੇ ਆਪਾਂ ਹੁਣ ਪੱਤੜਕਲਾ ਰਹਿੰਦੇ ਸੀ ਆਪਣੀ ਸਿਸਟਰ ਦੇ ਘਰ ਇੱਥੇ ਕੁਛ ਦਿਨ ਪਹਿਲਾਂ ਆਏ ਸੀ ਡੇਲੀ ਸੈਰ ਕਰਨ ਜਾਂਦੇ ਸੀ ਕਾਂਜੀ ਰੋਡ ਉੱਤੇ। ਕੱਲ੍ਹ ਵੀ ਸੁਬਹਾ 5:30 ਵਜੇ ਸੈਰ ਕਰਨ ਗਏ ਸੀ ਕਾਂਜਲੀ ਦੇ ਜਿਹੜਾ ਇੱਥੋਂ ਜਾਈਏ ਇੱਕ ਪੁਲੀ ਆਉਂਦੀ ਹੈ ਗੰਦੇ ਨਾਲੇ ਵਾਲੀ ਪੁਲੀ ਦੇ ਉੱਤੇ ਇੱਕ ਸਾਈਡ 'ਤੇ ਦੋ ਬੰਦੇ ਨੇ ਰੁਕੇ ਦੋ ਬੰਦੇ ਨੇ ਇਹਦੇ ਕੋਲ ਐਡਰੈਸ ਪੁੱਛਿਆ ਇਹਨਾਂ ਐਡਰੈਸ ਦੱਸਣ ਦੇ ਨਾਲ ਹੀ ਮੈਨੂੰ ਸਾਈਡ 'ਤੇ ਲੈ ਕੇ ਇਹਨਾਂ ਦੇ ਵਿੱਚ ਇੱਕ ਮੋਬਾਈਲ ਸੀ ਇਹਨਾਂ ਕੋਲ ਉਹ ਖੋਲਿਆ ਨਾਲ ਦੋ ਮੁੰਦੀਆਂ ਪਾਈਆਂ ਸੀ ਇੱਕ ਚੈਨੀ ਸੀ ਅਤੇ ਇੱਕ ਕੜਾ ਸੀ ਉਹ ਖੋਹ ਕੇ ਲੈ ਗਏ ਇਹਨਾਂ ਕੋਲ ਜੀ। ਇਹਦੇ 'ਤੇ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਜੀ ਇਹ ਤਫਤੀਸ਼ ਚੱਲ ਰਹੀ ਹੈ ਜਲਦੀ ਤੋਂ ਜਲਦੀ ਉਹਨਾਂ ਨੂੰ ਮੋਟਰਸਾਈਕਲ ਦੋਨੋਂ ਸਵਾਰਾਂ ਨੂੰ ਫੜ ਕੇ ਅਤੇ ਗ੍ਰਿਫਤਾਰ ਕਰਕੇ ਚਲੋ ਕੋਰਟ 'ਚ ਦਿੱਤਾ ਜਾਵੇ ਚਲਾਣ। ਕਹਿ ਰਹੇ ਸੀ ਘੜੀ ਰਾਡੋ ਦੀ ਘੜੀ ਕਹਿ ਰਹੇ ਸੀ ਕਿ ਉਹ ਰਾਡੋ ਦੀ ਘੜੀ ਹੈ ਜੀ। ਦੇਖੋ ਜੀ ਉਹ ਜੇ ਕਹਿੰਦੇ ਸੀ ਬਾਕੀ ਤੁਹਾਨੂੰ ਟੋਟਲ ਦੱਸਾਂਗੇ ਜੇ ਜਦੋਂ ਉਹਨਾਂ ਨੇ ਜ਼ਬਾਨੀ ਦੱਸਿਆ ਕਿ ਇੰਨਾ ਇੰਨਾ ਹੋਇਆ ਸਮਾਨ ਸਾਡਾ ਦਿੱਤਾ ਜੀ ਟੋਟਲ ਫਿਗਰ ਨਹੀਂ ਦੱਸੀ ਇਹਨਾਂ ਨੇ ਕਿੰਨੇ ਤੋਲੇ ਸੀ ਵੱਖਰੇ ਵੱਖਰੇ ਦੱਸਿਆ ਜੀ ਇੱਕ ਇੱਕ ਤੋਲੇ ਦੀਆਂ ਸੀ ਮੁੰਦੀਆਂ ਸੀ 8 ਤੋਲੇ ਦੀ ਚੈਨੀ ਕਿਹਾ ਸੀ ਇਹਨਾਂ ਨੇ ਜੀ। ਹਾਂਜੀ ਮੁਕੱਦਮਾ ਦਰਜ ਰਜਿਸਟਰ ਕਰਤਾ ਜੀ ਮੁਕੱਦਮਾ ਦਰਜ ਤਫਤੀਸ਼ ਜਾਰੀ ਹੈ ਜੀ ਉਸ ਦੋਸ਼ੀ ਨੂੰ ਫੜਨ ਨੂੰ ਲੱਗ ਲੱਗੇ ਜਿੰਨੇ ਸੀਸੀਟੀਵੀ ਕੈਮਰੇ ਇੱਥੋਂ ਚੂੜੋ ਚੁੰਗੀ ਤੋਂ ਲੈ ਕੇ ਚੈੱਕ ਕਰ ਰਹੇ ਸੀ ਅਤੇ ਰਾਤ ਕਾਫੀ ਸੀ 5:30 ਵਜੇ ਮੋਟਰਸਾਈਕਲ ਦਾ ਕਿਤੇ ਤਾਂ ਪਤਾ ਨਹੀਂ ਲੱਗ ਰਿਹਾ ਇੱਥੇ।